ਅੱਜ ਸੈਂਟਰਲ ਸਰਕਾਰ ਨੇ ਇਹ ਸਿੱਖਸ ਫੋਰ ਜਸਟਿਸ, ਇਹ ਪੰਨੂ ਹੈ ਇੱਕ ਬੰਦਾ ਅਮੈਰੀਕਾ ਦੇ ਵਿੱਚ ਜੋ ਗੜਬੜ ਕਰਾਉਣ ਦੀ ਕੋਸ਼ਿਸ਼ ਕਰਦਾ ਸਾਡੇ ਮੁਲਕ ਦੇ ਖਿਲਾਫ ਅਮਰੀਕਾ ਵਿੱਚ ਵੀ ਔਰ ਕੈਨੇਡਾ ਵਿੱਚ ਵੀ, ਉਸ ਜਥੇਬੰਦੀ ਨੂੰ ਇਹਨਾਂ ਨੇ ਬੈਨ ਕਰ ਦਿੱਤਾ ਹੈ। ਇਹ ਮੈਨੂੰ ਬੜੀ ਖੁਸ਼ੀ ਹੋਈ ਹੈ ਇਹ ਸੁਣ ਕੇ। ਔਰ ਇਹੋ ਜਿਹੇ ਬੰਦੇ ਜਿਹੜੇ ਦੇਸ਼ ਨੂੰ, ਲੋਕਾਂ ਨੂੰ ਦੇਸ਼ ਦੇ ਖਿਲਾਫ਼ ਭਟਕਾਉਂਦੇ ਨੇ, ਇਹੋ ਜਿਹੇ ਬੰਦਿਆਂ ਦੀ ਕੋਈ ਥਾਂ ਨਹੀਂ ਇੱਥੇ। ਔਰ ਮੈਂ ਆਸ ਕਰਦਾ ਕਿ ਹੋਰ ਜਿਹੜੇ ਮੁਲਕ ਦੋਨੋਂ ਅਮੈਰੀਕਾ ਔਰ ਕੈਨੇਡਾ ਜਿੱਥੇ ਆਪਰੇਟ ਕਰਦੇ, ਉਹ ਵੀ ਕੋਈ ਕਦਮ ਇਹਦੇ ਖਿਲਾਫ਼ ਚੁੱਕਣ।